ਕੈਨੇਡਾ ਸ਼ੋਰ ਸ਼ੋਰਟ ਵੀਜ਼ਾ 25 ਲੱਖ ਵਾਲਾ ਵੀਜ਼ਾ ਵੀਸਟਰ ਵੀਜ਼ਾ ਲੈਣਾ ਕੱਲਾ ਪਰਪਸ ਨਹੀਂ ਹੈਗਾ ਕੈਨੇਡਾ ਨੇ ਇੱਕ ਰੂਲ ਬਣਾਇਆ ਹੋਇਆ ਹੈ ਕਿ ਜੇ ਕੈਨੇਡਾ ਦੀ ਕੋਈ ਫਾਈਲ ਕਿੱਦਾਂ ਤੁਹਾਨੂੰ ਸ਼ੋਰ ਸ਼ੋਰਟ ਵੀਜ਼ਾ ਜਿਹੜਾ ਮਿਲਦਾ ਹੈ ਸਟੂਡੈਂਟਸ ਦੀਆਂ ਐਪਲੀਕੇਸ਼ਨ ਡਿਨਾਈ ਇਸ ਕਰਕੇ ਕਰ ਰਹੀ ਆ ਕੈਨੇਡਾ ਸ਼ੋਰ ਸ਼ੋਰਟ ਵੀਜ਼ਾ 25 ਲੱਖ ਵਾਲਾ ਵੀਜ਼ਾ ਕਿਵੇਂ ਮਿਲਦਾ ਬਹੁਤ ਸਾਰੇ ਜਣੇ ਮੈਨੂੰ ਕੁਐਸਚਨ ਪੁੱਛਦੇ ਆ ਕਿ ਬਾਈ ਜੀ ਫਲਾਣਾ ਕੰਸਲਟੈਂਟ ਕਹਿੰਦਾ ਕਿ 25 ਲੱਖ ਲਵਾਂਗਾ ਜਾਂ 20 ਲੱਖ ਲਵਾਂਗਾ ਜਾਂ 15 ਲੱਖ ਲਵਾਂਗਾ ਵੀਜ਼ੇ ਤੋਂ ਬਾਅਦ ਕਿੱਦਾਂ ਤੁਹਾਨੂੰ ਸ਼ੋਰ ਸ਼ੋਰਟ ਵੀਜ਼ਾ ਜਿਹੜਾ ਮਿਲਦਾ ਹੈ ਇੱਕ ਸਟੋਰੀ ਐ ਮੈਂ ਤੁਹਾਨੂੰ ਦੱਸਦਾ ਐਕਚੁਅਲ ਰੀਅਲ ਸਟੋਰੀ ਐ ਜਿਹੜੀ ਕਿ ਪਰਸੋਂ ਹੀ ਮੈਨੂੰ ਕੋਈ ਮਿਲ ਕੇ ਗਿਆ ਜਿਨ੍ਹਾਂ ਨੇ ਉਹਨਾਂ ਨੇ ਆਪਣੀ ਹੱਦ ਬੀਤੀ ਦੱਸੀ ਤੁਹਾਨੂੰ ਵੀ ਪਤਾ ਲੱਗ ਜੂਗਾ ਵੀ ਕਿੱਦਾਂ ਵੀਜ਼ਾ ਮਿਲਦਾ ਜੇ ਤੁਸੀਂ ਵੀ ਲੈਣਾ ਹੋਇਆ ਤਾਂ ਤੁਸੀਂ ਵੀ ਉਹਦਾ ਲੈ ਸਕਦੇ ਹੋ ਹੋਇਆ ਕੀ ਸੀਗਾ ਕਿ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਲਈ ਮੈਨੂੰ ਕੋਈ ਮਿਲਣ ਆਏ ਸੀਗੇ ਉਹਨਾਂ ਦੀ ਵਾਈਫ ਲੜਕੇ ਦੀ ਆਲਰੇਡੀ ਕੈਨੇਡਾ ਸੀਗੀ ਹੁਣ ਉਹਨਾਂ ਨੇ ਸਪਾਊਸ ਓਪਨ ਵਰਕ ਪਰਮਿਟ ਕਰਨਾ ਸੀ ਅਪਲਾਈ ਪਰ ਉਹਨਾਂ ਦੀ ਆਲਰੇਡੀ ਇੱਕ ਰਿਫਿਊਜ਼ਲ ਸੀਗੀ ਅੱਜ ਤੋਂ 2 ਸਾਲ ਪਹਿਲਾਂ ਕੈਨੇਡਾ ਦੀ ਸੋ ਕੈਨੇਡਾ ਦੀ ਜਿਹੜੀ ਰਿਫਿਊਜ਼ਲ ਸੀਗੀ ਉਸ ਟਾਈਮ ਉਹ ਪਰਸਨ ਸਿੰਗਲ ਸੀਗਾ ਮੈਰਿਜ ਉਹਨਾਂ ਦੀ ਰੀਸੈਂਟਲੀ ਹੋਈ ਹੈ ਹੁਣ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰਨਾ ਸੀਗਾ 2 ਕੁ ਮਹੀਨੇ ਪਹਿਲਾਂ ਉਹਨਾਂ ਨੇ ਮੈਰਿਜ ਕਰਵਾਈ ਹੈ 2 ਸਾਲ ਪਹਿਲਾਂ ਉਹਨਾਂ ਨੇ ਵਿਜ਼ਿਟਰ ਵੀਜ਼ਾ ਅਪਲਾਈ ਕੀਤਾ ਸੀ ਸੋ ਵਿਸਟਾ ਵੀਜ਼ਾ ਦੇ ਉਹਨਾਂ ਨੇ ਮੈਨੂੰ ਨੋਟਸ ਦਿਖਾਏ ਤੇ ਜਿਹੜੇ ਉਹਨਾਂ ਨੇ ਕੇਸ ਫਾਈਲ ਕਢਵਾਈ ਸੀ ਸਾਰੇ ਵੀਜ਼ਾ ਅਪਲੀਕੇਸ਼ਨ ਫਾਰਮ ਉਹ ਦਿਖਾਏ ਤਾਂ ਉਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਉਹ ਬੰਦੇ ਨੂੰ ਮੈਰਿਡ ਦਿਖਾਇਆ ਹੋਇਆ ਤੇ ਉਹਨਾਂ ਦੀ ਵਾਈਫ ਦਾ ਨਾਮ ਵੀ ਲਿਖਿਆ ਹੋਇਆ ਇੱਕ ਤੇ ਉਹ ਜਿਹੜਾ ਨਾਮ ਲਿਖਿਆ ਹੋਇਆ ਹੈ ਉਹ ਪਰਸਨ ਨੂੰ ਉਹ ਜਾਣਦੇ ਵੀ ਨਹੀਂ ਹੈਗੇ ਉਸ ਤੋਂ ਬਾਅਦ ਮੈਰਿਜ ਦੀ ਡੇਟ ਵੀ 2020 ਲਿਖੀ ਹੋਈ ਹੈ ਜਦੋਂ ਉਹ ਸਿੰਗਲ ਸੀਗੇ ਹੁਣ ਉਹ ਪਰਸਨ ਨੇ ਆਪਣਾ ਮੈਰਿਜ ਸਰਟੀਫਿਕੇਟ ਵੀ ਬਣਵਾ ਲਿਆ ਨਵੀਂ ਮੈਰਿਜ ਵੀ ਰਜਿਸਟਰਡ ਕਰਵਾ ਲਈ ਹੈ ਉਹ ਪੁਰਾਣੀ ਵਾਈਫ ਨੂੰ ਉਹ ਜਾਣਦੇ ਹੀ ਨਹੀਂ ਇਵਨ ਉਹ ਨਾਮ ਵੀ ਨਹੀਂ ਜਾਣਦੇ ਜਿਹੜਾ ਨਾਮ ਲਿਖਿਆ ਹੋਇਆ ਉਹਦੇ ਤੋਂ ਬਾਅਦ ਫੈਮਲੀ ਇਨਫੋਰਮੇਸ਼ਨ ਫਾਰਮ ਦੇ ਵਿੱਚ ਉਹਨਾਂ ਦੀ ਇੱਕ ਸਿਸਟਰ ਵੀ ਬਣਾਈ ਹੋਈ ਹੈ ਜਿਹੜੀ ਐਕਚੁਅਲ ਦੇ ਵਿੱਚ ਉਹਨਾਂ ਦੀ ਕੋਈ ਸਿਸਟਰ ਨਹੀਂ ਹੈਗੀ ਪਰ ਫੈਮਲੀ ਇਨਫੋਰਮੇਸ਼ਨ ਫਾਰਮ 'ਚ ਇੱਕ ਉਹਨਾਂ ਦੀ ਸਿਸਟਰ ਵੀ ਬਣਾਈ ਹੋਈ ਹੈ ਜਿਹਦੇ ਵੱਲੋਂ ਉਹਨਾਂ ਨੂੰ ਕੈਨੇਡਾ ਤੋਂ ਇਨਵੀਟੇਸ਼ਨ ਭੇਜ ਕੇ ਬਲੱਡ ਰਿਲੇਸ਼ਨ ਦਿਖਾ ਕੇ ਕਿ ਮੇਰਾ ਬ੍ਰਦਰ ਹੈ ਮੈਨਾਂ ਨੂੰ ਮਿਲਣਾ ਚਾਹੁੰਨੀ ਆ ਤੇ ਉਹਨਾਂ ਨੂੰ ਇਨਵੀਟੇਸ਼ਨ ਵੀ ਭੇਜੀ ਹੋਈ ਹੈ ਸੋ ਉਹ ਵੀਜ਼ਾ ਉਹਨਾਂ ਦਾ ਰਿਫਿਊਜ਼ ਹੋ ਗਿਆ ਤੇ ਉਹਨਾਂ ਦੇ ਪਿੰਡ ਦਾ ਰਹਿਣ ਵਾਲਾ ਹੀ ਉਹ ਮੁੰਡੇ ਦਾ ਕੋਈ ਯਾਰ ਦੋਸਤ ਸੀਗਾ ਜਿੰਨੇ ਉਹਨਾਂ ਦੇ ਕੋਲੋਂ ਪਾਸਪੋਰਟ ਲਿਆ ਸੀਗਾ ਕਿ ਤੁਸੀਂ ਆ ਪਾਸਪੋਰਟ ਦੇ ਦਿਓ ਪਹਿਲਾਂ ਕੁਝ ਵੀ ਨਹੀਂ ਦੇਣਾ ਵੀਜ਼ਾ ਲੱਗਣ ਤੋਂ ਬਾਅਦ ਇੰਨੇ ਪੈਸੇ ਤੁਸੀਂ ਦੇਣੇ ਆ ਉਹਨਾਂ ਦੀ ਕਮਿਟਮੈਂਟ ਸੀ 15 ਤੋਂ 20 ਲੱਖ ਦੀ ਸੋ ਉਹ ਕਹਿੰਦੇ ਕਿ ਸਾਨੂੰ ਤਾਂ ਆਇਆ ਸੀਗਾ ਵੀ ਸਾਡੇ ਕੋਲੋਂ ਕਿਹੜਾ ਕੋਈ ਪੈਸਾ ਲਿਆ ਸਾਡੇ ਨਾਲ ਕਿਹੜਾ ਕੋਈ ਫਰੋਡ ਹੋਣ ਲੱਗਾ ਅਸੀਂ ਤਾਂ ਕੋਈ ਪੈਸਾ ਦਿੱਤਾ ਹੀ ਨਹੀਂ ਅਸੀਂ ਤਾਂ ਸਿਰਫ ਪਾਸਪੋਰਟ ਦਿੱਤਾ ਹੈ ਉਸ ਟਾਈਮ ਇਹ ਵੀ ਨਹੀਂ ਸੀ ਉਹਨਾਂ ਨੂੰ ਪਤਾ ਕਿ ਇਨ ਫਿਊਚਰ ਅਸੀਂ ਸਪਾਊਸ ਵੀਜ਼ਾ ਕਰਨਾ ਹੈ ਜਾਂ ਕਿਸੇ ਨੇ ਕੋਈ ਸਟੱਡੀ ਵੀਜ਼ਾ ਕਰਨਾ ਹੁੰਦਾ ਪਰ ਹੁਣ ਆ ਕੇ ਜਿੱਥੇ ਉਹਨਾਂ ਨੇ ਐਕਚੁਅਲ 'ਚ ਉਹਨਾਂ ਦੀ ਮੈਰਿਜ ਹੋਈ ਹੈ ਤੇ ਉਹਨਾਂ ਦੇ ਵਾਈਫ ਵੇਟ ਕਰਦੇ ਪਏ ਆ ਤੇ ਉਹ ਬੰਦਾ ਇੱਥੇ ਆ ਫਾਈਲ ਉਹਨਾਂ ਦੀ ਜੀਸੀਕੇ 'ਤੇ ਲੱਗੀ ਸੀ ਜਿਸ ਦੀ ਵਜ੍ਹਾ ਕਰਕੇ ਉਹਨਾਂ ਕੋ ਹੁਣ ਕੋਈ ਰਸਤਾ ਹੀ ਨਹੀਂ ਬਚਿਆ ਉਹ ਇਹ ਵੀ ਨਹੀਂ ਆਈ ਆਰਸੀਸੀ ਨੂੰ ਹੁਣ ਕਹਿ ਸਕਦੇ ਕਿ ਸਾਡੇ ਨਾਲ ਇਦਾਂ ਇਦਾਂ ਹੋ ਗਿਆ ਸੀਗਾ ਕਿਉਂਕਿ ਜਿਹੜੀ ਜੀਸੀਕੇ ਤੇ ਫਾਈਲ ਲੱਗਦੀ ਹੈ ਉਹ ਖੁਦ ਤੁਸੀਂ ਲਾਈ ਹੁੰਦੀ ਹੈ ਉਹਦੇ ਵਿੱਚ ਏਜੰਟ ਦਾ ਕੋਈ ਰੋਲ ਨਹੀਂ ਹੁੰਦਾ ਤੇ ਤੁਸੀਂ ਕਿਸੇ ਏਜੰਟ ਨੂੰ ਬਲੇਮ ਵੀ ਨਹੀਂ ਕਰ ਸਕਦੇ ਜਿਹੜਾ ਰੀਸੈਂਟਲੀ 700 ਸਟੂਡੈਂਟ ਡਿਪਟੇਸ਼ਨ ਦੇ ਆਰਡਰ ਫੇਸ ਕਰ ਰਹੇ ਹੈ ਜਨਾਂ ਦੀ ਫੇਕ ਓਫਰ ਲੈਟਰ ਸੀ ਉਹਦੇ ਵਿੱਚ ਵੀ ਕੋਰਟ बार-बार ਸਟੂਡੈਂਟਸ ਦੀਆਂ ਅਪਲੀਕੇਸ਼ਨ ਡਿਨਾਈ ਇਸ ਕਰਕੇ ਕਰ ਰਹੀ ਆ ਅਪੀਲਸ ਡਿਨਾਈ ਇਸ ਕਰਕੇ ਕਰ ਰਹੀ ਆ ਕਿ ਜਿਹੜੀ ਕੋਈ ਪ੍ਰੂਫ ਉਹਦੇ ਵਿੱਚ ਸਾਬਤ ਕੋਰਟ ਕਹਿ ਰਹੀ ਆ ਨਹੀਂ ਹੋ ਰਿਹਾ ਵੀ ਕਿਸੇ ਏਜੰਟ ਨੇ ਫਾਈਲ ਲਗਾਈ ਸੀ ਫਾਈਲ ਜੀਸੀ ਕਿਤੇ ਲੱਗੀ ਆ ਤਾਂ ਤੁਸੀਂ ਖੁਦ ਲਾਈ ਸੀ ਕਿਉਂਕਿ ਕੈਨੇਡਾ ਨੇ ਇੱਕ ਰੂਲ ਬਣਾਇਆ ਹੋਇਆ ਹੈ ਕਿ ਜੇ ਕੈਨੇਡਾ ਦੀ ਕੋਈ ਫਾਈਲ ਲਾਊਗਾ ਤਾਂ ਇਹ CRCIC ਮੈਂਬਰ ਜਾਂ ਕੋਈ ਕੈਨੇਡੀਅਨ ਲੋਅਰ ਉਹ ਆਪਣਾ ਯੂਜ਼ ਆਫ ਰੈਪ ਫਾਰਮ ਲਾ ਕੇ ਕਿ ਮੈਂ ਪਰਸਨ ਨੂੰ ਰਿਪਰੈਜ਼ੈਂਟ ਕਰ ਰਿਹਾ ਤਾਂ ਹੀ ਕਨਸੀਡਰ ਹੋਊਗਾ ਤਾਂ ਹੀ ਮੰਨਿਆ ਜਾਊਗਾ ਕਿ ਇਹ ਕਿਸੇ ਪਰਸਨ ਦੀ ਫਾਈਲ ਹੈ ਕਿਸੇ ਹੋਰ ਪਰਸਨ ਨੇ ਲਾਈ ਹੈ ਤਾਂ ਉਹਦੇ ਵਿੱਚ ਤਾਂ ਉਹ ਇੰਡੀਵਿਜੂਅਲੀ ਜੀਸੀਕੇ ਤੇ ਵਿਦਆਊਟ ਐਨੀ ਕੋਈ ਰਿਪਰੈਜ਼ੈਂਟੇਸ਼ਨ ਫਾਰਮ ਲਗਾਏ ਉਹ ਤੁਹਾਡੀ ਫਾਈਲ ਇੰਡੀਵਿਜੂਅਲ ਤੌਰ ਤੇ ਅਪਲਾਈ ਕਰ ਦਿੰਦੇ ਆ ਸੇਮ ਇਸੇ ਕੇਸ ਦੇ ਵਿੱਚ ਇਹੀ ਹੋਇਆ ਬਹੁਤ ਸਾਰੇ ਜਣੇ ਮੈਨੂੰ ਆ ਕੇ ਪੁੱਛਦੇ ਆ ਕਿ ਜੀ ਕਿਸੇ ਉਹਨਾਂ ਦੀ ਐਮਬੈਸੀ ਚ ਕੋਈ ਸੈਟਿੰਗ ਆ ਸੈਟਿੰਗ ਕੁਝ ਨਹੀਂ ਹੁੰਦੀ ਜਿਵੇਂ ਹੁਣ ਇਹ ਪਰਸਨ ਸੀਗਾ ਜੇ ਇਹਨਾਂ ਦਾ ਵੀਜ਼ਾ ਲੱਗ ਜਾਂਦਾ ਤਾਂ ਇਹਨਾਂ ਨੇ ਵੀ ਅੱਗੇ ਕਈ ਜਣਿਆਂ ਨੂੰ ਰੈਫਰ ਕਰਨਾ ਸੀ ਜੀ ਆਹ ਫਲਾਣਾ ਏਜੰਟ ਆ ਇਹਨਾਂ ਨੇ ਸਾਡੇ ਕੋ ਕੋਈ ਪੈਸਾ ਨਹੀਂ ਲਿਆ ਤੇ ਸਾਡਾ ਵੀਜ਼ਾ ਜਿਹੜਾ ਲੱਗ ਗਿਆ ਪਰ ਵੀਜ਼ਾ ਨਹੀਂ ਸੀ ਲੱਗਿਆ ਤਾ ਹੁਣ ਇਹ ਪਰਸਨ ਅੱਗੂ ਕਿਸੇ ਨੂੰ ਦੱਸਣ ਜੋਗੇ ਵੀ ਨਹੀਂ ਹੈਗੇ ਦਾ ਇਹਨਾਂ ਨੇ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰਨੀ ਵੀ ਆਹ ਏਜੰਸੀ ਇਹਦੇ ਤੋਂ ਸਾਡਾ ਵੀਜ਼ਾ ਰਿਫਿਊਜ਼ ਹੋ ਗਿਆ ਜਿਹਦਾ ਵੀਜ਼ਾ ਲੱਗ ਜਾਂਦਾ ਉਹ ਉਹਦੀ ਪ੍ਰੋਮੋਸ਼ਨ ਕਰ ਦਿੰਦਾ ਵੀ ਆਹ ਏਜੰਟ ਤੋਂ ਮੇਰਾ ਵੀਜ਼ਾ ਲੱਗ ਗਿਆ ਪਤਾ ਕਦੋਂ ਲੱਗਣਾ ਸੀ ਇਹਨਾਂ ਨੂੰ ਜਦੋਂ ਕੈਨੇਡਾ ਇਹਨਾਂ ਨੇ ਪੀਆਰ ਦੀ ਐਪਲੀਕੇਸ਼ਨ ਲਾਣੀ ਸੀਗੀ ਪੀਆਰ ਦੀ ਐਪਲੀਕੇਸ਼ਨ 'ਚ ਇਹਨਾਂ ਨੇ 100% ਬੈਨ ਹੋ ਜਾਣਾ ਸੀ ਜਾਂ ਵਰਕ ਪਰਮਿਟ ਦੀ ਕੋਈ ਐਪਲੀਕੇਸ਼ਨ ਕਰਨੀ ਸੀਗੀ ਉਦੋਂ ਪਤਾ ਲੱਗਣਾ ਸੀ ਕਿ ਵਿਸਟ ਵੀਜ਼ਾ ਦੀ ਐਪਲੀਕੇਸ਼ਨ 'ਚ ਕੀ ਕੁਝ ਲੱਗਿਆ ਹੋਇਆ ਸੋ ਅੱਜ ਜਿਹੜੇ ਸ਼ੋਰ ਸ਼ੋਰਟ ਵੀਜ਼ਾ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਦਾ ਜਾ ਰਹੇ ਆ ਪੈਕੇਜ ਸਿਸਟਮ 'ਚ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੀ ਕੋਈ ਸਿਸਟਰ ਬਣਾਈ ਗਈ ਸੀ ਜਾਂ ਉਹਨਾਂ ਦਾ ਕੋਈ ਬ੍ਰਦਰ ਬਣਾਇਆ ਗਿਆ ਸੀਗਾ ਜਿਹੜਾ ਐਕਚੁਅਲ ਦੇ ਵਿੱਚ ਉਹਨਾਂ ਦਾ ਬ੍ਰਦਰ ਹੈ ਹੀ ਨਹੀਂ ਨਾ ਉਹਨਾਂ ਦੀ ਕੋਈ ਸਿਸਟਰ ਹੈਗੀ ਐ ਜਾਂ ਉਹਨਾਂ ਦੀ ਕੋਈ ਵਾਈਫ ਬਣਾਈ ਗਈ ਸੀ ਜਾਂ ਉਹਨਾਂ ਨੂੰ ਇੱਥੇ ਉਹ ਬੰਦਾ ਇੱਕ ਨਾਰਮਲ ਫੈਮਲੀ ਤੋਂ ਬਿਲੋਂਗ ਕਰਦਾ ਉਹਨੂੰ ਬਹੁਤ ਵੱਡਾ ਇੱਕ ਬਿਜ਼ਨੈਸਮੈਨ ਦਿਖਾਇਆ ਗਿਆ ਸੀ ਉਹਨੂੰ ਡਾਕਟਰ ਦਿਖਾਇਆ ਗਿਆ ਸੀਗਾ ਜੇ ਉਹਨੂੰ ਇੱਕ ਲਿਮਟਿਡ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਡਾਇਰੈਕਟਰ ਦਿਖਾਇਆ ਗਿਆ ਸੀਗਾ ਜਿਹੜਾ ਐਕਚੁਅਲ ਦੇ ਵਿੱਚ ਉਹ ਨਹੀਂ ਸੀਗਾ ਤੇ ਜਿਹੜੀ ਚੀਜ਼ ਨੂੰ ਉਹ ਸਾਬਤ ਵੀ ਨਹੀਂ ਕਰ ਸਕਦਾ ਪਤਾ ਨਹੀਂ ਉਹਦਾ ਕਿੰਨਾ ਕੁ ਬੈਂਕ ਬੈਲੈਂਸ ਦਿਖਾਇਆ ਗਿਆ ਸੀਗਾ ਕਿ ਜਿਹੜਾ ਐਕਚੁਅਲ ਦੇ ਵਿੱਚ ਉਹਦੇ ਕੋਲ ਨਹੀਂ ਸੀਗਾ ਇਹ ਚੀਜ਼ਾਂ ਦਾ ਸਾਰਾ ਉਹ ਪਰਸਨ ਨੂੰ ਉਦੋਂ ਪਤਾ ਲੱਗਦਾ ਜਦੋਂ ਕੈਨੇਡਾ ਜਾ ਕੇ ਤੁਸੀਂ ਵਰਕ ਪਰਮਿਟ ਦੀ ਜਾਂ ਪੀਆਰ ਦੀ ਫਾਈਲ ਲਾਉਂਦੇ ਉਦੋਂ ਜਾ ਕੇ ਚੀਜ਼ਾਂ ਜਿਹੜੀਆਂ ਨੇ ਉਹ ਕਲੀਅਰ ਹੁੰਦੀਆਂ ਨੇ ਬਹੁਤ ਸਾਰੇ ਜਣੇ ਵਿਸਟਰ ਵੀਜ਼ਾ ਲੈ ਕੇ ਅੱਜ ਦੇ ਟਾਈਮ 'ਚ ਜਾ ਰਹੇ ਆ ਵਿਸਟਰ ਵੀਜ਼ਾ ਲੈਣਾ ਇਕੱਲਾ ਪਰਪਸ ਨਹੀਂ ਹੈਗਾ ਕੱਲ ਨੂੰ ਤੁਹਾਡੀ ਸਾਈਲਮ ਦੀ ਐਪਲੀਕੇਸ਼ਨ ਵੀ ਜਿਹੜੀ ਹੈ ਡਿਨਾਈ ਹੋ ਜਣੀ ਹੈ ਇਸ ਬਿਨਾ ਦੇ ਉੱਤੇ ਕਿ ਜਿਹੜੇ ਤੁਸੀਂ ਡਾਕੂਮੈਂਟ ਲਗਾਏ ਸੀਗੇ ਵਿਜ਼ਟਰ ਵੀਜ਼ਾ ਲਈ ਉਹ ਫੇਕ ਸੀਗੇ ਸਾਈਲਮ ਦੀ ਐਪਲੀਕੇਸ਼ਨ ਸਾਈਲਮ ਦਾ ਹੀ ਇੱਕ ਰਸਤਾ ਬਚਦਾ ਤੁਹਾਡੇ ਕੋਲ ਹੋਰ ਤਾਂ ਕੋਈ ਬਚਦਾ ਨਹੀਂਗਾ ਜਿਹੜੇ ਬੰਦੇ ਇਸ ਤਰੀਕੇ ਨਾਲ ਜਾਂਦੇ ਆ ਤੇ ਉਹ ਵੀ ਤੁਹਾਡੀ ਐਪਲੀਕੇਸ਼ਨ ਡਿਨਾਈ ਹੋਣ ਦੇ ਪੂਰੇ ਪੂਰੇ ਚਾਂਸ ਹੈ ਸੋ ਧਿਆਨ ਰੱਖਿਆ ਕਰੋ ਕਿ ਜਦੋਂ ਤੁਹਾਡੀ ਐਪਲੀਕੇਸ਼ਨ ਸਬਮਿਟ ਹੋ ਰਹੀ ਹੈ ਐਟ ਲਿਸਟ ਆਪਣੇ ਏਜੰਟ ਦੇ ਕੋਲੋਂ ਆਪਣੇ ਐਪਲੀਕੇਸ਼ਨ ਫਾਰਮ ਲੈ ਲਓ ਕਿ ਤੁਹਾਡੀ ਫਾਈਲ ਚ ਜਾ ਕਿ ਰਿਹਾ ਉਹਦੇ ਤੋਂ ਬਾਅਦ ਟਰੈਵਲ ਕਰਨ ਤੋਂ ਬਾਅਦ ਵੀ ਜਦੋਂ ਤੁਹਾਨੂੰ ਕੋਈ ਪਰਸਨ ਕਹਿ ਦਿੰਦਾ ਵੀ ਹਾਂ ਤੁਹਾਡਾ ਵੀਜ਼ਾ ਲੱਗ ਗਿਆ ਤਾਂ ਪਹਿਲਾਂ ਉਹਨੂੰ ਕਹੋ ਵੀ ਸਾਡੀ ਜਿਹੜੀ ਐਕਚੁਅਲ ਫਾਈਲ ਹੈ ਤੁਸੀਂ ਉਹੀ ਲਾਣੀ ਹੈ ਇਹ ਨਹੀਂ ਵੀ ਤੁਹਾਨੂੰ ਕੁਛ ਦਾ ਕੁਛ ਬਣਾਤਾ ਏਜੰਟ ਨੂੰ ਪਹਿਲਾਂ ਕਹੋ ਉਸ ਤੋਂ ਬਾਅਦ ਜਦੋਂ ਵੀਜ਼ਾ ਲੱਗ ਵੀ ਜਾਂਦਾ ਉਹਦੇ ਕੋਲ ਪੀਪੀਆਰ ਦੀ ਕਾਪੀ ਲੈ ਕੇ ਆਪਣੀ ਕੇਸ ਫਾਈਲ ਕਢਾ ਲਓ ਇੱਕ ਦੋ ਮਹੀਨੇ ਚ ਕੇਸ ਫਾਈਲ ਆ ਜਾਂਦੀ ਹੈ ਉਹਨਾਂ ਟਾਈਮ ਤੁਸੀਂ ਪਾਸਪੋਰਟ ਨਾਲੋ ਜਾਂ ਵੇਟ ਕਰ ਲਓ ਆਪਣੀ ਕੇਸ ਫਾਈਲ ਕਢਵਾ ਕੇ ਦੇਖੋ ਕਿ ਉਹਦੇ ਚ ਐਕਚੁਅਲ ਡਾਕੂਮੈਂਟ ਲੱਗੇ ਕੀ ਹੋਇਆ ਕੇਪਸ ਨੋਟਸ ਕਢਵਾ ਕੇ ਦੇਖੋ ਉਹਦੇ ਵਿੱਚ ਵੀ ਡਿਟੇਲ ਆ ਜਾਂਦੀ ਹੈ ਵੀ ਤੁਹਾਨੂੰ ਇਨਵਿਟੇਸ਼ਨ ਕਿੰਨੇ ਭੇਜਿਆ ਸੀਗਾ ਤੁਹਾਡੀ ਬੈਕਗ੍ਰਾਉਂਡ ਕੀ ਹੈ ਕਾਫੀ ਹੱਦ ਤੱਕ 80 90% ਡਿਟੇਲ ਤੁਹਾਨੂੰ ਜਿਹੜੀ ਤੁਹਾਡੀ ਫਾਈਲ ਦੇ ਨਾਲ ਰਿਲੇਟਡ ਕੇਸ ਨੋਟਸ ਵੀ ਮਿਲ ਜਾਂਦੀ ਹੈ ਜੇ ਤੁਸੀਂ ਡਾਕੂਮੈਂਟ ਕਢਵਾਉਣੇ ਹੁਣ ਕਿਹੜੇ ਨਾਲ ਲੱਗੇ ਸੀ ਉਹ ਤੁਹਾਡੀ ਕੇਸ ਫਾਈਲ ਦੇ ਵਿੱਚ ਨਿਕਲ ਆਉਂਦੇ ਆ ਜੀ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਵੀਡੀਓ ਦੇਖੀ ਹੋਪ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇ ਜਾਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਾਂ ਜਲਦੀ ਮਿਲਦੇ ਆ ਜੀ ਨੈਕਸਟ ਵੀਡੀਓ 'ਚ ਤਦ ਤੱਕ ਲਈ ਰੱਬ ਰੱਖਾ